एक गड्डी आप दे देंगे 1,90,000 दी। सुन रहे हो? मैं पहला गया सी जेड़ा मेरा यार सुट लेने चला दिमाग हलावांगे 1,90,000 दी स्कॉर्पियो दे रहा भाई। डिटेल दस। और जेड़े शेयर करनगे उनां नूं होर असी डिस्काउंट डिस्काउंट है। बाकी रेट दा भी बहुत कंपैरिजन है यार, तुसीं किते मर्जी पहला पता कर लो, मैं तां सीधी गल कहूंगा फिर इत्थे आ जाओ। जिहड़े वीर अपनी वीडियोज़ नूं शेयर करनगे मेरा पेज है जिहड़ा ओह भाई तुहानूं मैं पाऊंगा, मेंशन कर दूंगा जी, मेंशन कर दिओ। बाकी ये भी वीडियो ते असीं रखांगे 10 ग्रुपां च, चाहे फेसबुक दे चाहे वट्सएप दे, शेयर करके सानूं स्क्रीनशॉट पा दे नंबर ते, असीं तुहाडे नाम लिखी जांदे आ। जून च मरुती अटेंडेंट कार असीं फ्री कड्डांगे शेयर करन वालिआं नूं। लख रुपए दे विच आ गड्डी लै जाओ भाई, रेनॉल्ट दी डस्टर 2011 डीजल वेरिएंट है। 25 नंबर दा बस 50,000 रुपया ले आओ। 2014 मॉडल दी 14 मॉडल है, सेकंड ओनर है, शीशे सारे नाल दे है, रिट्स गड्डी ले जाओ रिट्स जी। ये गड्डी दा पर रेट है 60,000। लो जी 60,000 रुपए दे विच मारुति ले जाओ भाई। आ तां जे कोई पुराना मोटरसाइकिल भी लैण जा रहा है उहना ले जाओ, आ ले जाओ गड्डी ले जाओ। और कुछ नहीं होण वाला, 0-2 इंजन है। बाकी जे किसी वीर नूं मान लो भी आल्टो लई है ਗੱਡੀ ਫਿੱਟ ਨਹੀਂ ਆਈ, 5-4 ਦਿਨਾਂ 'ਚ ਅਸੀਂ ਆਲਟੋ ਨਾਲ ਆਲਟੋ ਚੇਂਜ ਕਰਕੇ ਦੇ ਦਿੰਦੇ। ਠੀਕ ਹੈ ਜੀ, ਉਹ ਮਤਲਬ ਚਲਾ ਚੁੱਕੇ ਦੇਖ ਲਓ ਆਪਾਂ। ਮੇਰੇ ਪੇਜ ਤੇ ਵੀਡੀਓਜ਼ ਪਈਆਂ ਨੇ, ਉਹ i20 ਚੇਂਜ ਕਰਕੇ ਗਿਆ ਸੀ ਬੰਦਾ ਆਪਣਾ, ਸਭ ਲੈ ਕੇ ਆਇਆ। ਹਾਂ 2 ਮਹੀਨੇ ਬਾਅਦ ਭਾਈ ਦਿੱਤੀ ਵੀ ਆ ਪ੍ਰੋਪਰ ਮੈਂਸ਼ਨ ਵੀ ਕੀਤੀ। ਹਾਂ ਜੀ ਦੋਸਤੋ, ਅੱਜ ਆਪਾਂ ਪਹੁੰਚ ਗਏ ਜੀ ਸ਼ਹਿਰ ਲੌਂਗੋਵਾਲ ਦੇ ਵਿੱਚ। ਬਾਈ ਹੋਰਾਂ ਨੂੰ ਇੰਟਰੋਡਿਊਸ ਕਰਾਉਣ ਦੀ ਲੋੜ ਨਹੀਂ, ਆਲਰੇਡੀ ਵਧੀਆ ਫੇਮਸ ਚੱਲ ਰਹੇ ਨੇਗੇ, ਤੁਹਾਨੂੰ ਸਾਰਿਆਂ ਨੂੰ ਪਤਾ ਫੌਜੀ ਕਾਰ ਬਾਜ਼ਾਰ ਸ਼ਹਿਰ ਲੌਂਗੋਵਾਲ ਜੀ, ਹਨਾ। ਲੌਂਗੋਵਾਲ ਜੀ ਸੰਗਰੂਰ ਜ਼ਿਲ੍ਹਾ ਬ੍ਰਾਂਡ ਬਣ ਗਿਆ ਜੀ ਆਪਣਾ ਫੌਜੀ ਕਾਰ ਬਾਜ਼ਾਰ, ਵਧੀਆ। ਠੀਕ ਹੈ ਬਈ, ਕਹਾਵਤ ਇਹ ਕਹਿੰਦੇ ਨੇ ਸੱਚਾ ਹੁੰਦੇ ਨੇ ਕਿ ਜੇ ਕਿਸੇ ਮੇਰੀ ਵੀਰ ਨੇ ਘੱਟ ਪੈਸਿਆਂ 'ਚ ਵਧੀਆ ਗੱਡੀ ਲੈਣੀ ਹੈ ਨਾ ਜੀ, ਤਾਂ ਆਪਣ ਜ਼ਰੂਰ ਮੌਕਾ ਦਾ ਉਹ ਵੀ ਹੈ। ਬਾਕੀ ਜਿਹੜੀ ਗੱਲ ਬਾਈ ਬ੍ਰਾਂਡ ਦੀ ਕਰਦਾ ਹੈਗਾ ਉਹ ਮੈਂ ਥੋੜ੍ਹੀ ਕਲੀਅਰ ਕਰਦਾ। ਮੈਂ ਰਿਟਾਇਰਮੈਂਟ ਤੋਂ ਬਾਅਦ ਸੋਚਿਆ ਸੀ ਵੀ ਏਟੀਐਮਾਂ 'ਚ ਖੜਨ ਨਾਲੋਂ ਨਾ ਇੱਕ ਅੱਧੀ ਗੱਡੀ ਘਰੇ ਲਿਆਇਆ ਕਰਾਂਗੇ, ਵੇਚ ਲਿਆ ਕਰਾਂਗੇ। ਠੀਕ ਹੈ ਜੀ। ਪਰ ਹੌਲੀ ਹੌਲੀ ਗਾਹਕ ਇੰਨੇ ਆਉਣ ਲੱਗ ਗਏ ਵੀ ਘਰੋਂ ਗਾਲਾਂ ਪੈਣ ਲੱਗ ਗਈਆਂ, ਸਹੀ ਆਪਦਾ ਸਮੇਟੋ। ਠੀਕ ਹੈ, ਫਿਰ ਛੋਟੀ ਦੁਕਾਨ ਲਈ, ਉਦੋਂ ਬਾਅਦ ਹੁਣ ਵੱਡੀ ਲਈ ਹੈ, ਹੁਣ ਵੱਡੀ ਵੀ ਛੋਟੀ ਪੈ ਰਹੀ ਹੈ। ਕੋਈ ਨਾ ਜੀ, ਇਹ ਤਾਂ ਦੇਖੋ ਜੀ ਪਿਆਰ ਹੈ ਲੋਕਾਂ ਦਾ ਹਨਾ, ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹ ਦਿਖਾਣਾ ਵੀ ਜਿਨ੍ਹਾਂ ਦਾ ਬਜਟ ਜਮੀ ਘੱਟ ਹੈ ਜੀ ਉਹ ਤੋਂ ਸਟਾਰਟਿੰਗ ਕਰ ਲਾਂਗੇ ਆਪਾਂ। ਲੱਖ ਤੋਂ ਵੀ ਘੱਟ ਵਾਲੇ ਹੁੰਦੇ ਨੇ ਜੀ, 2 ਲੱਖ ਤੋਂ ਘੱਟ ਘੱਟ ਵਾਲੀ 50-60,000 ਤੋਂ ਗੱਡੀ ਸਟਾਰਟ ਹੋ ਜਾਂਦੀ, ਸਟਾਰਟ ਹੋ ਜਾਂਦੀ। ਹਾਂ, ਤੇ ਇਹਨਾਂ ਦਾ ਐਡਰੈਸ ਤੇ ਕੰਟੈਕਟ ਨੰਬਰ ਤੁਹਾਨੂੰ ਸਕਰੀਨ ਤੇ ਚੱਲ ਰਿਹਾ ਹੋਊਗਾ। ਕਿਹੜੀ ਗੱਡੀਆਂ ਸਟਾਰਟ ਜੀ? ਕਰੋ ਜੀ, ਸਭ ਤੋਂ ਪਹਿਲਾਂ ਵੋਲਕਸਵੈਗਨ ਪੋਲੋ ਬਈ, ਮੰਨੀ ਗਈ ਗੱਡੀ, ਇੱਕ ਤਾਂ ਕੁਆਲਿਟੀ ਵਾਈਜ਼ ਲੈ ਕੇ, ਇੱਕ ਹੈਵੀ ਬਹੁਤ ਗੱਡੀ ਹੈ ਜੀ। ਤੇ ਥਰਡ ਪਿਕਅਪ, ਹਾਂ ਜੀ, ਪਿਕਅਪ ਖਤਰਨਾਕ ਹੈ, 2 ਚੇਦੀ ਹੈ। ਇਹ ਕਿ ਦਸੰਬਰ 2011 ਜੀ, ਠੀਕ ਹੈ, ਡੀਜ਼ਲ ਵਾਲੀ ਹੈ, ਡੀਜ਼ਲ ਵਾਲੀ ਦੀ ਨੋਰਮਲ ਹੀ, ਹਾਂ ਐਵਰੇਜ ਰਹਿੰਦੀ ਹੈ। ਬਾਕੀ ਟੱਚ ਸਕਰੀਨ ਤੇ ਬੈਕ ਕੈਮ ਲੱਗਿਆ, ਠੀਕ ਹੈ ਜੀ। ਤੇ ਮੈਂ ਸ਼ੁਰੂਆਤ 'ਚ ਹੀ ਦੱਸਦਾ, ਅਸੀਂ ਹਰੇਕ ਕਾਰ ਤੇ 6 ਮਹੀਨਿਆਂ ਦੀ ਰਿਟਰਨ ਗਰੰਟੀ ਦਿੰਦੇ ਆ, ਉਹ ਤਾਂ ਦੇਖੋ ਸਾਡੀ ਜਿਹੜੀ ਖਾਸੀਅਤ ਹੈ ਸਾਰਿਆਂ ਨਾਲੋਂ ਇਹ ਹੈਗੀ। ਬਾਕੀ ਰੇਟ ਦਾ ਵੀ ਬਹੁਤ ਕੰਪੈਰੀਜ਼ਨ ਆ ਯਾਰ, ਤੁਸੀਂ ਕਿਤੇ ਮਰਜ਼ੀ ਪਹਿਲਾਂ ਪਤਾ ਕਰ ਲਓ, ਮੈਂ ਤਾਂ ਸਿੱਧੀ ਗੱਲ ਕਹੂੰਗਾ ਫਿਰ ਇੱਥੇ ਆ ਜਾਓ ਜੀ। ਕਿੰਨੀ ਦੇ ਦਾਂਗੇ ਜੀ ਆਪਾਂ ਇਹ ਗੱਡੀ? ਆਪਾਂ ਦੇ ਦਾਂਗੇ 2,25,000 ਦੀ, ਤੇ ਨੰਬਰ ਪੰਜਾਬ ਦਾ, ਓਰੀਜਨਲ ਪੰਜਾਬ ਦਾ ਨੰਬਰ, ਓਰੀਜਨਲ ਪੰਜਾਬ ਦਾ ਨੰਬਰ, 11 ਮਾਡਲ ਆ, 2,25,000 ਰੁਪਿਆ ਇਹਦੇ ਵਿੱਚੋਂ ਮਾਨਤਾ ਜੀ। ਉਹ ਮਾੜਾ ਮੋਟਾ ਮੌਕੇ ਤੇ ਜ਼ਰੂਰ ਹੋਊਗਾ। ਇੱਕ ਆਪਾਂ ਆਫਰ ਚਲਾ ਰਹੇ ਹਾਂ ਮਰੁਤੀ ਕਾਰ ਵਾਲਾ, ਹਾਂ ਉਹ ਅਸੀਂ ਇੱਕ ਤਾਂ ਜੂਨ 'ਚ ਅਸੀਂ ਮਰੁਤੀ ਅਟੈਂਡਡ ਕਾਰ ਕੱਢਾਂਗੇ। ਜਿਹੜੇ ਵੀਰ ਆਪਣੀ ਵੀਡੀਓਜ਼ ਨੂੰ ਸ਼ੇਅਰ ਕਰਨਗੇ ਮੇਰਾ ਪੇਜ ਆ ਜਿਹੜਾ ਉਹ ਬਾਈ ਤੁਹਾਨੂੰ ਮੈਂ ਪਾਊਂਗਾ, ਮੈਂਸ਼ਨ ਕਰ ਦੂੰਗਾ ਜੀ, ਮੈਂਸ਼ਨ ਕਰ ਦਿਓ। ਬਾਕੀ ਇਹ ਵੀ ਵੀਡੀਓ ਤੇ ਅਸੀਂ ਰੱਖਾਂਗੇ 10 ਗਰੁੱਪਾਂ 'ਚ, ਚਾਹੇ ਫੇਸਬੁੱਕ ਦੇ ਚਾਹੇ ਵਟਸਐਪ ਦੇ, ਸ਼ੇਅਰ ਕਰਕੇ ਸਾਨੂੰ ਸਕਰੀਨਸ਼ਾਟ ਪਾ ਦੇ ਨੰਬਰ ਤੇ, ਅਸੀਂ ਤੁਹਾਡੇ ਨਾਮ ਲਿਖੀ ਜਾਂਦੇ ਹਾਂ। ਜੂਨ 'ਚ ਮਰੁਤੀ ਅਟੈਂਡਡ ਕਾਰ ਅਸੀਂ ਫ੍ਰੀ ਕੱਢਾਂਗੇ ਸ਼ੇਅਰ ਕਰਨ ਵਾਲਿਆਂ ਨੂੰ, ਔਰ ਹਰੇਕ ਛਮਾਹੀ ਕੱਢਾਂਗੇ। ਲਓ ਜੀ, ਜਿਹੜੇ ਮੇਰੇ ਵੀਰ ਐਂ ਲੱਗਦਾ ਨਾ ਵੀ ਗੱਡੀ ਲੈ ਨਹੀਂ ਸਕਦੇ, ਉਹਨਾਂ ਦੀ ਤਾਂ ਮੌਕਾ ਹੀ ਆ ਜੀ। ਹਾਂ ਬਿਲਕੁਲ, ਵੀਡੀਓ ਸ਼ੇਅਰ ਕਰ ਦਿਓ 10 ਗਰੁੱਪਾਂ ਦੇ ਵਿੱਚ, ਸਕਰੀਨਸ਼ਾਟ ਭੇਜ ਦਿਓ, ਨੰਬਰ ਚੱਲ ਰਹੇ ਨੇ ਹਨਾ, ਉਹਨਾਂ ਦਾ ਨਾਮ ਲਿਸਟ 'ਚ ਐਡ ਹੋ ਜਾਊਗਾ ਤੇ ਜੂਨ 'ਚ ਆਪਾਂ ਕੱਢ ਦਾਂਗੇ ਗੱਡੀ। ਇਸ ਤੋਂ ਬਾਅਦ ਆਪਣੇ ਕੋਲ ਵੀ ਸ਼ਾਰਟ ਗੱਡੀ ਬੀਟ 2013 ਡੀਜ਼ਲ ਜੀ, 13 ਮਾਡਲ ਡੀਜ਼ਲ ਹੈ। ਠੀਕ ਹੈ ਜੀ, ਇਹਦਾ ਆਪਣੀ 6 ਮਹੀਨਿਆਂ ਦੀ ਐਜ਼ ਇਟ ਇਜ਼ ਗਰੰਟੀ ਹੈ। ਠੀਕ ਹੈ ਜੀ, ਐਨਓਸੀ ਜੋ ਵੀ ਜ਼ਿਲ੍ਹਾ ਹੋਊਗਾ ਬੰਦੇ ਦਾ ਅਸੀਂ ਐਨਓਸੀ ਕਢਾ ਦਾਂਗੇ, ਕਿਉਂਕਿ ਨੰਬਰ ਇਹਦਾ ਦਿੱਲੀ ਦਾ, ਦਿੱਲੀ ਨੰਬਰ ਹੈ ਜੀ। ਕਾਰ ਫਸਟ ਓਨਰ ਹੈ। ਠੀਕ ਹੈ ਜੀ, ਟਾਇਰ ਲਗਭਗ 70% ਨੇ।
इंजन ते गेयर दी चाबी भी नहीं लगी हुई, बिल्कुल कोई लीक नहीं, सील्ड इंजन है। कार है भी रीजनल, माड़े मोटे पीस पेंट ने। ठीक है, बाकी जेड़ा पेज मेंशन करूंगा उते असी पेंट गड्डियां दी भी वीडियो पाउने, केड़ी गड्डी किन्नी पेंट कीती है खुल के पाउंदे ने सारा कुछ। जे किसे काम दी भी मैं वीडियो पाई सी ओ गड्डी वेख के, ते रेट किन्ना ही होण वाला जेड़ा अपना बीट दा? ए आपां देवांगे 1,25,000 दी। चुको जी 1,25,000 रुपए दे विच 2013 आणा ही। हां इहदी 25 दी एवरेज रहंदी है। ए ए गल्लां फेमस भाई रेट सुनण वाला है, 13 मॉडल 1,25,000 है, सुनण वाला गल्ल है। 13 मॉडल कोई दिंदा नहीं, ਲਵੀ ਨਹੀਂ ਖੜਨ ਦਿੰਦਾ ਜੀ। ਬਾਕੀ 6 ਮਹੀਨਿਆਂ ਦੀ ਤੁਹਾਡੀ ਗਾਰੰਟੀ ਹੈ, ਚਲਾਓ ਕਿਲੋਮੀਟਰ ਕੋਈ ਨਹੀਂ ਹੈਗੇ। ਓਕੇ ਜੀ, ਇਹ ਨਹੀਂ ਹੈਗਾ ਵੀ 10,000 ਕਿਲੋਮੀਟਰ ਚੱਲ ਗਈ, ਗਾਰੰਟੀ ਬਸ ਹੈ ਸਰਵਿਸ ਕਰਾਉਂਦੇ ਰਹੋ ਟਾਈਮ ਟੂ ਟਾਈਮ ਸੇ। ਹਾਂਜੀ, ਲਓ ਜੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਗੱਡੀ ਹੈ ਸਵਿਫਟ, ਡਿਟੇਲ ਦੱਸ ਦਈਏ ਜੀ। ਇਹ ਹੈਗੀ ਹੈ 9 ਮਾਡਲ 2009, ਫਰੰਟ ਸ਼ੀਸ਼ਾ ਵੀ ਨਾਲ ਦਾ ਹੈ, ਥੋੜਾ ਕ੍ਰੈਕ ਹੈ, ਕੋਈ ਗੱਲ ਨਹੀਂ। ਠੀਕ ਹੈ ਜੀ, ਇਹਦਾ ਆਪਾਂ ਰੇਟ ਰੱਖਿਆ 1,55,000। 1,55,000 ਇਹ ਗੱਡੀ ਆਪਾਂ ਦੇ ਦਾਂਗੇ 1,90,000 ਦੀ। ਸੁਣ ਰਹੇ ਹੋ, ਮੈਂ ਪਹਿਲਾਂ ਕਿਹਾ ਸੀ ਜਿਹੜਾ ਮੇਰਾ ਵੀਰ ਸੁੱਟ ਲੈਣ ਚੱਲਾ ਦਿਮਾਗ ਹਲਾਵਾਂਗੇ। 1,90,000 ਦੀ ਸਕਾਰਪੀਓ ਦੇ ਰਿਹਾ ਬਾਈ, ਡਿਟੇਲ ਦੱਸ। ਔਰ ਜਿਹੜੇ ਸ਼ੇਅਰ ਕਰਨਗੇ ਉਹਨਾਂ ਨੂੰ ਹੋਰ ਅਸੀਂ ਡਿਸਕਾਊਂਟ ਲਾ ਕੇ ਦੇਵਾਂਗੇ, ਪਰ ਸ਼ੇਅਰ ਹੁਣ ਕਰਨਾ ਹੈ ਨਾ, ਹੋਵੇ ਵੀ ਸੌਦਾ ਕਰਨ ਵਾਲੇ ਦੇ ਸ਼ੇਅਰ ਕਰਕੇ ਕਹਿੰਦਾ ਵੀ ਆ ਚੱਕ ਵੀਰੇ 10 ਗਰੁੱਪਾਂ ਚ ਵੀੜੇ ਪਾਈਓ, ਪਹਿਲਾਂ ਦਿਖਾ ਦਿਓ, ਡੇਟ ਜ਼ਰੂਰ ਚੈੱਕ ਕਰ ਲੈ ਮਾਡਲ ਕਿੰਨਾ ਜਿਹਾ। ਇੱਕ ਵਾਰ ਬਾਈ ਘਮਾ ਦੇ ਗੱਡੀ, ਇਹ ਸਾਰੀ ਓਰੀਜਨਲ ਹੈ, ਮਤਲਬ ਇਹ ਕਾਰਾਂ ਘੱਟ ਆਉਂਦੀਆਂ, ਓਨਰ ਇਹ ਫਸਟ। ਲਓ ਜੀ ਪਹਿਲੇ ਨਾਮ ਹੈ HR ਨੰਬਰ ਹੈ 87,000 ਗੱਡੀ ਚੱਲੀ ਹੈ ਵਿਦ ਰਿਕਾਰਡ 87,000। ਲਓ ਜੀ ਔਰ ਗੱਡੀ ਸਾਰੀ ਓਰੀਜਨਲ ਹੈ, ਬੰਪਰ ਹੈ ਤੇ ਕਲੈਡਿੰਗਾਂ ਪੇਂਟ ਕੀਤੀਆਂ ਆਪਾਂ। ਠੀਕ ਹੈ ਜੀ, ਬਾਕੀ ਕਾਰ ਓਰੀਜਨਲ ਹੈਗੀ, ਅੰਦਰੋਂ ਲੈਦਰ ਦੇ ਸੀਟ ਕਵਰ, ਏਸੀ ਓਕੇ, ਐਮ ਹੋਗ ਇੰਜਨ ਹੈ ਇਹਦੇ ਚ। ਓਕੇ ਜੀ, ਔਰ ਇੰਜਨ ਦਾ ਹਲੇ ਹੈੱਡ ਵੀ ਨਹੀਂ ਖੁੱਲਿਆ, ਚਾਬੀ ਨਹੀਂ ਲੱਗੀ ਹੋਈ। ਤੇ ਮਾਡਲ ਕਿੰਨਾ ਦੱਸਿਆ ਦੇਦਾ ਜੀ? ਮਾਡਲ 2009 ਜੀ, 2009। 1,90,000 ਦੀ ਇਹ ਤੇ ਲੋਨ ਹੁੰਦਾ ਨਹੀਂ ਹੈਗਾ। ਨਹੀਂ ਹੁੰਦਾ ਜੀ, ਮੈਂ ਆਪਾਂ ਕਲੀਅਰ ਵੀ ਕਰ ਦੇਣਾ ਜੀ, 2012 ਤੋਂ। ਹਾਂ 12 ਤੋਂ ਹੋ ਜਾਊਗਾ, 11 ਦੇ ਵੀ ਚਲੋ ਕਰਾ ਦਾਂਗੇ ਮਾੜਾ ਮੋਟਾ, ਉਹ ਤਾਂ ਚਲੋ ਤੱਕਾ ਹੀ ਆ। 1,90,000 ਦੀ ਆ ਲੈ ਜਾਓ ਜੀ, 1,90,000 ਦੀ ਪੁਰਾਣੀ ਗੱਡੀ ਵੀ ਕਟਾ ਜਾਓ ਵਿੱਚ, ਚੱਕੋ ਆ ਲੈ ਜਾਓ ਪੁਰਾਣੀ ਕਟਾ ਕੇ ਜੇ ਕਟਾਣੀ ਹੈ। ਇੱਕ ਹੋਰ ਖੜੀ ਹੈ ਜੀ ਇਹਦੇ ਨਾਲ ਦੀ, ਇਹ ਜੀ 2011 ਮਾਡਲ, ਇਹ 2011, ਇਹ ਹਲੇ ਆਪਣੇ ਕੋਲ ਥੋੜੇ ਦਿਨ ਹੀ ਹੋਏ ਨੇ ਆਈ ਨੂੰ, ਇਹਦੇ ਬੰਪਰ ਅਸੀਂ ਨਵਾਂ ਪਾਵਾਂਗੇ। ਠੀਕ ਹੈ ਜੀ, ਆ ਤੁਸੀਂ ਦੇਖ ਰਹੇ ਹੋ ਕੀਤਾ ਹੋਇਆ ਥੋੜਾ ਜਿਹਾ, ਬਾਕੀ ਉਹ ਗੱਡੀ ਓਕੇ ਆ, ਬੋਨਟ ਇਹਦਾ ਅਸੀਂ ਪੇਂਟ ਆਪ ਕੀਤਾ ਸੀ ਜੀ। ਠੀਕ ਹੈ ਜੀ, ਆ ਵੀ ਸਾਡੇ ਤੋਂ ਹੀ ਲੱਗੀ ਸੀ ਮੁੰਡੇ ਤੋਂ। ਓਕੇ ਓਕੇ, ਔਰ ਇਹ ਗੱਡੀ ਆਪਾਂ ਦੇਵਾਂਗੇ 2,65,000 ਦੀ, 2,00,000 ਜੇ ਕਿਸੇ ਵੀਰ ਨੇ ਲੋਨ ਕਰਾਉਣਾ, 1,50,000 ਦਾ ਹੋ ਜੂ। ਚਲੋ 1,50,000 ਦਾ ਲੋਨ ਕਰਾਂਗੇ, 2,65,000 ਰੁਪਏ ਡਿਮਾਂਡ ਹੈ, ਉਹ ਆਪਣੀ ਸੇਲ ਹੋ ਗਈ ਹੈ ਨਾ ਜੀ, ਉਹ ਸੇਲ ਹੋ ਗਈ। ਬਾਕੀ ਇਹਦੀ ਨਾ ਬਈ ਮੈਂ ਜਿਹੜੀ ਪੂਰੀ ਕਰੋਮ ਫੁੱਲ ਕਰੋਮ ਕਿੱਟ ਆਉਂਦੀ ਅੱਜ ਕੱਲ ਹਾਂਜੀ, ਉਹ ਲੈ ਕੇ ਆਇਆ ਹੋਇਆ, ਉਹ ਲਾਵਾਂਗੇ। ਹਾਂ ਲਓ ਜੀ, ਫਿਰ ਤਾਂ ਸਵਾਦ ਆ ਜੂਗਾ, ਫਿਰ ਤਾਂ ਲੱਗ ਸੋਹਣੇ ਲੱਗਣ ਲੱਗ ਜਾਣੀਆਂ। ਬਾਕੀ ਜਿਹੜੀ ਰੀਅਰ ਤੋਂ ਇਹ ਆਪਾਂ S10 ਵਾਲੇ ਮਾਡਲ ਦੀ ਤਿਆਰ ਕੀਤੀ ਹੋਈ ਹੈ, ਪਿੱਛੋਂ D ਲਾਈਟਾਂ ਨੇਗੀਆਂ। ਠੀਕ ਹੈ ਜੀ, ਫਰੰਟ ਵਾਲੀਆਂ ਲਾਈਟਾਂ ਵੀ ਨਵੇਂ ਮਾਡਲ ਦੀਆਂ, ਅਸੀਂ ਜ਼ਿਆਦਾ ਪੰਗਾ ਲਿਆ ਨਹੀਂ ਤਾਂ ਅਸੀਂ ਇਹਨੂੰ ਸਾਰੀ ਤਿਆਰ ਕਰਨ ਦੀ ਸੋਚੀ ਸੀ ਆਪਾਂ, S10 ਦੇ ਵਿੱਚ ਕਨਵਰਟ ਕਰਨ ਦੀ ਕੋਸ਼ਿਸ਼ ਕਰੀਏ ਜੀ, ਚਲੋ ਹਨਾ ਜਿੰਨਾ ਕੁ ਹੋ ਸਕਿਆ। ਆ ਜਾਓ ਮਿੱਤਰੋ, ਗੱਡੀਆਂ ਹੋਰ ਬਹੁਤ ਸਾਰੀਆਂ ਨੇ, ਲਓ ਜੀ ਰਿਲੋਟ ਦੀ, ਇਹਦੇ ਟਾਇਰ ਵੀ ਬਈ ਵਧੀਆ ਪਏ ਐ, ਟਾਇਰ ਦਿਖਾ ਦਿਓ ਜਰੂਰ। ਇਸ ਤੋਂ ਬਾਅਦ ਆ ਗਈ ਆਪਣੇ ਕੋਲ ਡਸਟਰੀ, ਡਸਟਰ ਟਾਇਰ ਦੇਖੋ 80% ਲਾਏ ਪਏ ਹੋਏ ਨੇ, ਮੋਟੇ ਟਾਇਰ ਐ, ਸੋਹਣੀ ਲੱਗ ਰਹੀ ਨੇ ਜੀ, ਸੁਝਾਅ ਦੇਖ ਸਕਦੇ ਹੋ। ਮਾਡਲ ਕਿੰਨਾ ਜੀ ਡਸਟਰ? ਬਾਈ ਦੋ ਆਈਆਂ ਨੇ ਗੀਆਂ, ਜਿਹੜੇ ਨਵੇਂ ਵਿਊਅਰ ਹੋਣਗੇ ਸ਼ਾਇਦ ਉਹਨਾਂ ਨੂੰ ਨਾ ਪਤਾ ਹੋਵੇ। ਠੀਕ ਹੈ ਜੀ, 1.85 VSI ਐ, 1.110 ਆ, ਦੋ ਆ ਗਈਆਂ ਸ਼ਾਇਦਾਂ ਤੋਂ। ਇਹ ਗੱਡੀ ਟੱਚਿੰਗ ਹੈਗੀ ਮਾੜੀ ਮੋਟੀ। ਠੀਕ ਹੈ ਜੀ, ਔਰ ਗੱਡੀ ਦਾ ਜਿਹੜਾ ਰੇਟ ਹੈ ਉਹ ਹੈਗਾ 2,80,000। 2,80,000 2012 ਮਾਡਲ, 12 ਮਾਡਲ ਦੀ ਡੀਜ਼ਲ ਦੀ ਗੱਡੀ ਹੈ ਬਾਈ, ਡੀਜ਼ਲ ਕਾਰ ਹੈ, ਔਰ ਇਹਦੇ ਤੇ ਲੋਨ ਹੋ ਜਾਊਗਾ ਲਗਭਗ 1,80,000 ਦਾ। ਮਗਾ ਜੀ ਜਮੀ ਧਮਾਕਾ ਦੇ ਜਾਂ ਨਾ, ਸਾਰਾ 1,00,000 ਭਰ ਕੇ ਗੱਡੀ ਲੈ ਜਾਓ, 1,00,000 ਦੇ ਵਿੱਚ ਆ ਗੱਡੀ ਲੈ ਜਾਓ ਬਈ, ਰੋਨਾਲਡ ਦੀ ਡਸਟਰ 2011 ਡੀਜ਼ਲ ਵੇਰੀਐਂਟ ਹੈ, ਬਾਕੀ ਲੋਨ। ਜਿਹੜੇ ਵੀਰਾਂ ਨੂੰ ਇਹ ਲੱਗਦਾ ਵੀ ਸਾਈਡਾਂ ਟੱਚਿੰਗ ਹੈ ਕਿਤੇ ਲੱਗੀ ਨਾ ਹੋਵੇ, ਸ਼ੀਸ਼ਾ ਫਰੰਟ ਵੀ ਨਾਲ ਦਾ, ਬਾਕੀ ਸਾਰੇ ਸ਼ੀਸ਼ੇ ਨਾਲ ਦੇ। ਹਾਂ ਉਹ ਤੋਂ ਬਈ ਤੁਸੀਂ ਆ ਕੇ ਆਪਣਾ ਚੈੱਕ ਵੀ ਕਰ ਸਕਦੇ ਹੋ। ਹਾਂ ਅੱਜ ਜੀ, ਇਸ ਤੋਂ ਬਾਅਦ ਆਪਣੇ ਕੋਲ ਆ ਗਈ ਜੀ ਡਿਜ਼ਾਇਰ, ਇਹਦੀ ਐਵਰੇਜ ਬਾਈ ਵੱਡੀ ਗੱਡੀ ਕਰਕੇ ਮੈਂ ਪਹਿਲਾਂ ਦੱਸ ਦਿੰਦਾ, ਕਈਆਂ ਨੂੰ ਪਤਾ ਹੁੰਦਾ ਇਹ 20+ ਦੀ ਐਵਰੇਜ ਦਿੰਦੀ ਆ ਡੀਜ਼ਲ ਦੀ, ਰੋਨਾਲਡ ਡਸਟਰ ਦੀ। ਹਾਂ ਇਹ 85 ਵਾਲਾ ਇੰਜਨ ਹੈ, ਟੌਪ ਮਾਡਲ ਹੈ। ਠੀਕ ਹੈ ਜੀ, ਆਜੋ ਜੀ ਇਸ ਤੋਂ ਬਾਅਦ ਆਪਣੇ ਕੋਲ ਹੈ ਜੀ ਡਿਜ਼ਾਇਰ, ਡਿਜ਼ਾਇਰ ਹੈ ਇਹ LDI, ਜਿਸੇ ਪਾਵਰ ਵਿੰਡੋ ਬਾਅਦ ਚ ਕਰਵਾਈ ਹੋਈ ਹੈ। ਓਕੇ ਜੀ, LDI ਡਿਜ਼ਾਇਰ ਦੇ ਦੋ ਪਾਵਰ ਵਿੰਡੋ ਫਰੰਟ ਤਾਂ ਕੰਪਨੀ ਚੋਂ ਹੀ ਆਉਂਦੀਆਂ ਸੀ। ਹਾਂ LDI+ ਦੇ ਪਿਛਲੀਆਂ ਰਹਿ ਜਾਂਦੀਆਂ ਜਿਹੜੀਆਂ, ਔਰ ਪਿਛਲੀਆਂ ਕਰਵਾਈਆਂ ਹੋਈਆਂ ਨੇ। ਮਾਡਲ ਕਿੰਨਾ ਜੀ? ਇਹ ਮਾਡਲ ਹੈ 2013 ਜੀ।
बहुत सोहनी कार है, अंदरों सीट थोड़े जे सीट कवर फटिया वो असीं पा के दे दांगे। चलो खुली नहीं हुई कार, ठीक है जी। नंबर दिल्ली दा, एनओसी पंजाब दा, इहदा आपां दे दांगे। लाइटां असीं नवीआं पाईआं, बंपर दोए नवें पाए ने। आ भी अपनी जी, ये भी अपनी है भाई, ये भी दस दो फिर। यह गड्डी आई है रात देख लो भी इस तरह दारा होंदिया ने। एदा जिवें आ पेंट है, मैं जिहड़ा पेज थले मैनशन किया सारे वीडियो असीं पावांगे इहनूं तैयार होंदी दी भी ਗੱਡੀ ਦਾ ਇਹ ਹੈਗੀ ਆ 2014 ਮਾਡਲ ਐਲਡੀਆਈ ਡੀਜ਼ਲ, ਠੀਕ ਹੈ। 14 ਮਾਡਲ ਦਾ ਡੀਜ਼ਲ ਵੇਰੀਐਂਟ ਆ ਗਿਆ। ਹਾਂ, ਇਹਦਾ ਐਨਓਸੀ ਨਾਲ ਆਪਾਂ ਰੇਟ ਰੱਖਿਆ 195 ਜੀ। 14 ਮਾਡਲ ਦਾ, 14 ਮਾਡਲ ਦਾ ਜੀ 195, 1,95,000 ਦੀ ਗੱਡੀ ਬਣ ਜੂਗੀ। ਲੋਨ ਹੋ ਜੂਗਾ ਇਹਦੇ ਤੇ 160,000 ਦਾ। ਪਿੱਛੇ ਕੀ ਰਹਿ ਗਿਆ ਜੀ? ਗੱਡੀ ਜਿੱਦੇ ਨੰਬਰ ਲੱਗ ਗਿਆ ਗੱਡੀ, ਜੇ ਕਿਸੇ ਵੀਰ ਨੇ ਜਿਵੇਂ ਕਹੀ ਹੁੰਦੇ ਨੇ ਬਈ ਬਾਹਰ ਜਾਣਾ 6 ਮਹੀਨਿਆਂ ਵਾਸਤੇ, ਹਾਂ ਜੀ, ਉਹ ਮੈਂ ਤੁਹਾਨੂੰ ਕਲੀਅਰ ਕਰਦਾ। ਜੇ ਕਿਸੇ ਨੇ ਬਾਹਰ ਬੂਰ ਜਾਣਾ ਹੈ, ਜੇ ਸਾਡੇ ਤੋਂ ਗੱਡੀ ਗਈ ਹੋਊ ਅਸੀਂ ਗਾਂਹ ਵਕਿਆ ਦਿੰਦੇ ਹਾਂ, ਠੀਕ ਹੈ ਜੀ। ਹਾਂ, ਉਹਨੇ ਫਿਰ ਅਗਲਾ 25,000 ਰੁਪਇਆ ਲਿਆਵੇ ਜੀ। 25 ਦਾ ਨੰਬਰ ਦਾ ਬਸ, 50,000 ਰੁਪਇਆ ਬਈ, 50,000 ਰੁਪਇਆ ਲਿਆਓ। 2014 ਮਾਡਲ ਦੀ, 14 ਮਾਡਲ ਆ, ਸੈਕਿੰਡ ਓਨਰ ਆ, ਸ਼ੀਸ਼ੇ ਸਾਰੇ ਨਾਲ ਦੇ ਆ। ਰਿਟਜ ਗੱਡੀ ਲੈ ਜਾਓ ਰਿਟਜ। ਇੱਥੋਂ ਬਾਅਦ ਆ ਗਈ i20 ਹੁੰਡਾਈ ਦਾ ਪ੍ਰੋਡਕਟ ਆ, ਸੋਹਣੀ ਗੱਡੀ ਆ, ਲਾਈਵਲ ਪਏ ਹੋਏ ਨੇ ਇਹਦੇ ਬਾਈ। ਐ ਵੀ ਇੱਕ ਤਾਂ ਮਿਊਜ਼ਿਕ ਸਿਸਟਮ ਟੱਚ ਵਾਲਾ ਲੱਗਿਆ, ਬੈਕ ਕੈਮਰਾ ਲੱਗਿਆ, ਏਸੀ ਟਰੋਕ ਹੈ, ਮਹਿੰਗੇ ਲੈਦਰ ਦੇ ਸੀਟ ਕਵਰ ਨੇ। ਮਾਡਲ ਕਿੰਨਾ ਜੀ ਇਹਦਾ? ਇਹ 2010 ਮਾਡਲ, ਪਟਿਆਲਾ ਨੰਬਰ ਗੱਡੀ ਹੈ। ਡੀਜ਼ਲ ਹੀ? ਹਾਂ ਡੀਜ਼ਲ, ਠੀਕ ਹੈ ਜੀ। ਮੈਗਨਾ, ਔਰ ਕਾਰ ਆਪਾਂ ਦੇ ਦਾਂ 185 ਦੀ ਜੀ, ਪੱਕੇ ਨੰਬਰ ਦੀ ਹੈ ਪਟਿਆਲਾ, ਪੱਕੇ ਨੰਬਰ ਦੀ ਗੱਡੀ ਹੈ। ਲਓ ਜੀ 1,85,000 ਕ੍ਰੋਮ ਦੇ ਲਾਏ ਨੇ ਚਾਰੇ। 10 ਮਾਡਲ ਕਿਹਾ ਜੀ? 2010 ਮਾਡਲ ਹੈ ਭਾਈ ਗੱਡੀ ਹੈ। ਬਾਕੀ ਕੰਡੀਸ਼ਨ ਤੁਸੀਂ ਦੇਖ ਹੀ ਰਹੋਗੇ, ਫਰੰਟ ਸ਼ੀਸ਼ਾ ਇਹਦੇ ਵੀਰੇ ਪਿਆ ਹੋਇਆ, ਬਾਕੀ ਨਾਲ ਦੇ ਆ, ਠੀਕ ਹੈ ਜੀ। ਔਰ ਇੰਜਨ ਤੇ ਗੇਅਰ ਦੀ ਗਰੰਟੀ 6 ਮਹੀਨਿਆਂ ਦੀ ਹੈ। ਇਹਦਾ ਆਪਾਂ ਹੈੱਡ ਦਾ ਅਸੀਂ ਕੰਮ ਆਪ ਕੀਤਾ, ਤੇ ਟਰਬੋ ਅਸੀਂ ਨਵਾਂ ਪਾ ਕੇ ਦੇਵਾਂਗੇ। ਇਹਦਾ ਥੋੜਾ ਜਿਹਾ ਟਰਬੋ ਡਾਊਨ ਹੈਗਾ, ਠੀਕ ਹੈ ਜੀ। ਜੋ ਵੀ ਕਿਸੇ ਗੱਡੀ 'ਚ ਕਮੀ ਹੋਊਗੀ ਅਸੀਂ ਦੱਸਾਂਗੇ, ਔਰ ਫਿਰ ਉਹ ਕਮੀ ਨੂੰ ਕੱਢ ਕੇ ਫਿਰ ਗੱਡੀ ਦੀ ਡਿਲੀਵਰੀ, ਫਿਰ ਗੱਡੀ ਦੀ ਡਿਲੀਵਰੀ ਕਰਾਂਗੇ। ਹਾਂਜੀ, ਆਪਣੇ ਕੋਲ ਬਈ ਗੱਡੀਆਂ ਹੋਰ ਵੀ ਬਹੁਤ ਸਾਰੀਆਂ ਨੇਗੀਆਂ। ਹੁਣ ਆਪਾਂ ਤੁਹਾਨੂੰ ਉਹ ਗੱਡੀਆਂ ਦਿਖਾਵਾਂਗੇ ਜਿਨ੍ਹਾਂ ਨੇ ਜੀ 1,25,000 ਲਾਉਣਾ, ਹੈ ਨਾ, 1,25,000 ਵਾਲੀਆਂ। ਆਪਣੇ ਕੋਲ ਤਾਂ ਬਈ 60 ਵਾਲੀ ਵੀ ਖੜੀ ਹੈ। ਆ ਵੀ ਆਪਣੀ ਹੈ ਜੀ? ਨਾ, ਇਹ ਨਹੀਂ ਆਪਣੀ ਹੈਗੀ। ਅਲਟੋ, ਅਲਟੋ ਆ ਜਾਓ ਵੀਰੇ, ਹਰਿਆਣਾ ਨੰਬਰ ਅਲਟੋ ਹੈ ਇਹ। ਮਾਡਲ ਕਿੰਨਾ ਜੀ? ਮਾਡਲ ਹੈ 2011। ਲਓ ਜੀ 11 ਮਾਡਲ, ਹਰਿਆਣਾ ਨੰਬਰ, LXi ਹੈ, LXi ਹੈ। ਇਹਦੀ ਅਸੀਂ ਮਾੜੀ ਮੋਟੀ ਟੱਚਿੰਗ ਕੀਤੀ ਹੈ, ਟੱਚਿੰਗ ਦੀ ਵੀਡੀਓਜ਼ ਤੁਹਾਨੂੰ ਪੇਜ ਤੇ ਮਿਲ ਜਾਣਗੀਆਂ, ਠੀਕ ਹੈ ਜੀ। 11 ਮਾਡਲ ਵਿਦ ਐਨਓਸੀ, ਹਾਂਜੀ। ਇਹ ਗੱਡੀ ਦਾ ਰੇਟ ਹੈ ਸਿਰਫ 1,25,000 ਬਸ ਜੀ। ਹਾਂਜੀ ਬਿਲਕੁਲ, 11 ਮਾਡਲ 1,25 ਜੀ, 11 1,25 ਦੀ ਨਵੇਂ ਮੀਟਰਾਂ 'ਚ ਹੈ, ਠੀਕ ਹੈ। 11 'ਚ ਵੀ ਪੁਰਾਣੇ ਮੀਟਰਾਂ 'ਚ ਗੱਡੀਆਂ ਆਈਆਂ। ਹਾਂ ਜੀ, ਐਵਰੇਜ ਇਹਦੀ 20+ ਦੀ ਹੈ, ਐਵਰੇਜ ਦੀ ਵੀ ਫੁੱਲ ਗਰੰਟੀ ਹੋ। ਐਵਰੇਜ ਤਾਂ ਅਲਟੋ ਦੀ ਤਾਂ ਮੰਨੀ ਗਈ ਨਾ, ਜਿਹੜਾ ਮੋਟਰਸਾਈਕਲ ਚਲਾ ਲਿਆ ਬਈ ਉਹ ਸੋਨ ਅਲਟੋ ਚਲਾ ਲਈ, ਗਰਮੀ ਅੱਗੇ ਆਉਣ ਵਾਲੀ ਹੈ ਬਈ, ਮੈਂ ਤਾਂ ਬਈ ਹਾਂ ਉਹ ਵੀ, ਹਾਂ ਇਹ ਤਾਂ ਜ਼ਰੂਰੀ ਹੈ, ਗੱਡੀ ਲੈ ਲਓ ਮੋਟਰਸਾਈਕਲ 1,25 ਦਾ ਮੋਟਰਸਾਈਕਲ ਲੈ ਲੈ। ਸਿੱਧੀ ਜੀ ਗੱਲ ਹੈ, ਮੋਟਰਸਾਈਕਲ ਮਹਿੰਗਾ ਹੋ ਰਿਹਾ, ਗੱਡੀ ਸਸਤੀ ਮਿਲੇ ਤੁਹਾਨੂੰ। ਜਿਹੜੇ ਪੀਸ ਆਪਣੇ ਟੱਚਿੰਗ ਕੀਤੇ ਹੋਣਗੇ ਉਹਦੀ ਪੇਂਟ ਦੀ ਅਸੀਂ 2 ਸਾਲ ਦੀ ਗਰੰਟੀ ਲਿਖ ਕੇ ਦਿੰਦੇ ਹਾਂ, ਲਿਖ ਕੇ ਦਾ ਬਾਈ। ਹਾਂ, ਮਤਲਬ ਮਾੜੀ ਚੀਜ਼ ਨਹੀਂ ਆਪਾਂ ਵਰਤਦੇ। ਲਓ ਜੀ, ਟਾਇਰ ਇਹਦੇ ਰੀਅਰ 50%, ਫਰੰਟ 70-80%। ਆ ਵੀ ਆਪਣੀ ਜੀ? ਹਾਂ ਵੀਰੇ, ਇਹ ਆਣ ਵਾਣ ਸ਼ਾਨ ਹੈ ਜੀ, ਮਰੂਤੀ ਸਾਰਿਆਂ ਦੀ। ਲਓ ਜੀ, ਮਰੂਤੀ ਗੱਡੀ ਲਿਆਂਦੀ, ਏਸੀ ਵਾਲੀ ਹੈ ਜੀ ਇਹ? ਇਹ ਨਾਨ ਏਸੀ ਹੈ ਵੀਰੇ। ਓਕੇ ਜੀ, ਤੇ ਗੱਡੀ ਆਪਾਂ ਦੇਵਾਂਗੇ ਏਸੀ ਵਾਲੀ ਹੈ ਜੀ? ਨਹੀਂ ਬਈ, ਇਹ ਨਾਨ ਏਸੀ ਹੈਗੀ, ਆ ਇਹਦਾ ਡੈਸ਼ਬੋਰਡ ਅਸੀਂ ਚੇਂਜ ਕੀਤਾ ਸੀ। ਅੱਛਾ ਅੱਛਾ, ਠੀਕ ਹੈ ਜੀ। ਇਹਦੇ ਟਾਇਰ ਟੂਰ ਓਕੇ ਪਏ ਨੇ, 9 ਮਾਡਲ ਕਾਰ ਹੈ ਇਹ, ਠੀਕ ਹੈ ਜੀ। ਤੇ ਗੱਡੀ ਦਾ ਆਪਾਂ ਰੇਟ ਹੈ 60,000। ਲਓ ਜੀ, 60,000 ਰੁਪਏ ਦੇ ਵਿੱਚ ਮਰੂਤੀ ਲੈ ਜਾਓ ਬਈ।
आता जे कोई पुराना मोटरसाइकिल भी लेने जा रहा है ओना ले जाओ आ ले जाओ गाड़ी ले जाओ और कुछ नहीं होने वाला 0 टू इंजन है एवरेज 20 प्लस दी है जे किसी वीर नु एसी मारुति चाहिए है असी 5000 रुपए जे एसी भी लाके दे देंगे इसके बीच ही लग जाऊंगा हां अल्टो वाला मेरे कोले पया सामान ठीक है जी इसी दे बट्टा करके ऊपर लाके देवांगे अंदरों लेदर दे सीट कवर म्यूजिक सिस्टम ए टू जेड सामान मिलूगा गली पोरा नहीं हुई कार सारा कुछ ओके मिलूगा लो जी सस्ते रेट दे विच बन रही है आ भी अपनी नहीं अल्टो दोनों सारियां जी आजो जी अगे दिखाइए सानू दो अल्टो अपने कोल और आ गईयां वाइट कलर हरियाणा नंबर ही एचआर नंबर है भाई अलाय पए ने गड्डी दे एदा बोनट पहला भी पेंट कीता होया ते इत्थों दोबारा भी करना पऊगा ठीक है सो असी हुण एदा बोनट है जेड़ा असी जदों केरा पेंट कीता होवे खराब जा होवे कदे दोबारा पुट्टी भर के नहीं असी करदे हुंदे पेंट इहदे नवा बोनट पऊगा ओके जी ते नवा बोनट पा के गड्डी फुल रेडी करके लाइव ही लगे ने टायर नवे है 1,35,000 रुपए देवांगे मॉडल किन्ने जी मॉडल 2011 जी 11 मॉडल है वीरे लाइव ही पे ने 1,35 दी आ बन जसन अल्टो नवे टायरां च है भाई एक आ गई अल्टो एलएक्स है अपने कोल आया भाई 2009 मॉडल 9 मॉडल है कल्ली एलएक्स है नहीं ये कल्ली एलएक्स है ठीक है जी ते ये कार दे दांगे आपां 1 लाख दी फुल तैयार करके लो जी 9 मॉडल है काम जो भी रहंदा उसनु दींदा होगा कर करा के इक टाकी ते ढोल पेंट है बाकी आ जेने मुरों है सारी ओरिजिनल है कार इदी रबिंग वगैरह कढ़नी बाकी है लो जी लाख रुपए दे सानू आ अल्टो मिल जूगी ते होर रहगी जी गड्डी कोई अपनी बस भाई अज इनियां गए हले मंडी करके लियांदी आई कारा खड़ियां ने भाई मसा टाइम कढ्यागा बोरियां तुसी देख सकदे हो मंडी च पईयां ने हैना ते ए दुबारो फिर दस देने जेड़ा मेरा वीर 10 वारी अपने ग्रुपां च वीडियो शेयर करूगा ਜਿਹੜਾ ਗੱਡੀ ਨਹੀਂ ਲੈ ਸਕਦਾ ਜੂਨ ਦੇ ਵਿੱਚ ਬਾਈ ਹੋਰ ਮਰੂਤੀ ਗੱਡੀ ਕੱਢ ਰਹੇ ਨੇ ਜੂਨ ਚ ਫਿਰ ਦਸੰਬਰ ਫਿਰ ਜੂਨ ਹਰ 6 ਮਹੀਨਿਆਂ ਬਾਅਦ ਗੱਡੀ ਕੱਢਾਂਗੇ ਤੁਹਾਡੇ ਲਈ ਬਹੁਤ ਵਧੀਆ ਮੌਕਾ ਹੈ ਵੀਡੀਓ ਨੂੰ 10 ਵਾਰੀ ਕਰ ਦਿਓ ਸ਼ੇਅਰ ਤੁੱਕਾ ਯਾਰਿਆਂ ਨਹੀਂ ਪਤਾ ਲੱਗਿਆ ਗੱਡੀ ਲੈ ਜਾਓਗੇ ਹੋਰ ਦੱਸੋ ਅਸਲੀ ਨਾ ਮੈਨੂੰ ਇੱਕ ਫੋਨ ਆਇਆ ਸੀ ਸਾਡੇ ਇੱਥੇ ਪਿੰਡ ਲਾਟਰੀ ਪਈ ਹੈ ਹਾਂਜੀ ਵੀ ਯਾਰ ਲਾਟਰੀ ਚ ਰਲਣਾ ਜਿਹੜੀਆਂ ਚੱਲੀਆਂ ਨਹੀਂ ਅੱਜ 5-500 ਵਾਲੀ ਹਾਂ ਹਾਂ ਫਿਰ ਸਟੱਕ ਕੀਤਾ ਮੇਰੇ ਦਿਮਾਗ 'ਚ ਵੀ ਯਾਰ ਆਪਾਂ ਫ੍ਰੀ ਕਰ ਦੇ ਦਿੰਦੇ ਆ ਛੋਟੀ ਜਿੰਨੇ ਕ ਆਪਾਂ ਹੈਗੇ ਆ ਜਿੰਨੇ ਕ ਜੋਗੇ ਠੀਕ ਹੈ ਜੀ ਸ਼ੇਅਰ ਕਰਨ ਵਾਲਿਆਂ ਨੂੰ ਕੱਢ ਦਿੰਦੇ ਆ 5-500 ਰੁਪਏ ਕਿਸ ਤੋਂ ਕਾਹਨੂੰ ਇਕੱਠਾ ਕਰਨਾ ਹਾਂਜੀ ਇਹ ਵੀ ਚੀਜ਼ ਸਹੀ ਸੀਗੀ ਜੀ ਬਹੁਤ ਵਧੀਆ ਨਾ ਆਪਕੋ ਵੀਡੀਓ ਸਾਰੇ ਦੇਖ ਲੈਂਦੇ ਨੇ ਡ੍ਰੀਮ ਸਾਰਿਆਂ ਦਾ ਹੁੰਦਾ ਭਾਈ ਮਰੂਤੀ ਕਾਰ ਛੋਟੀ ਨਹੀਂ ਹੁੰਦੀ ਸਾਰਿਆਂ ਦਾ ਪਹਿਲਾ ਡ੍ਰੀਮ ਛੋਟੀ ਗੱਡੀ ਹੁੰਦਾ ਜੋ ਹੀ ਬੰਦਾ ਫਸਟ ਟਾਈਮ ਗੱਡੀ ਲੈਂਦਾ ਠੀਕ ਹੈ ਤੇ ਇਹਦਾ ਬਹੁਤ ਵਧੀਆ ਆਫਰ ਹੈ ਬਾਕੀ ਵੀਡੀਓ ਕਿਵੇਂ ਲੱਗੀ ਪਲੀਜ਼ ਕਮੈਂਟ ਲਾਈਕ ਬਾਈ ਇੱਕ ਮੇਰੀ ਬੇਨਤੀ ਥੋੜੀ ਹੋਰ ਹੈ ਇੰਸਟਾ ਤੇ YouTube ਤੇ Facebook ਤੇ ਹਾਂਜੀ ਤਿੰਨਾਂ ਦਾ ਮੈਂ ਤੁਹਾਨੂੰ ਲਿੰਕ ਪਾਉਂ ਠੀਕ ਹੈ ਜੀ ਪਲੀਜ਼ ਜ਼ਰੂਰ ਮੈਂਸ਼ਨ ਕਰ ਦਿਓ ਔਰ ਮੇਰਾ ਵੀ Facebook ਤੇ ਹੈਗੇ ਵਧੀਆ ਫੋਲੋਅਰ 1.5 ਲੱਖ ਹੋ ਗਿਆ ਖਤਰਨਾਕ ਨਹੀਂ ਥੋੜੀ ਨਹੀਂ ਖਤਰਨਾਕ ਨਹੀਂ ਮੈਂ ਵੀ ਤੁਹਾਡੀ ਵੀਡੀਓ ਸ਼ੇਅਰ ਕਰੂੰਗਾ ਹਾਂਜੀ ਬਾਕੀ ਜਿਹੜੇ ਵੀਰਾਂ ਨੂੰ ਇਹ ਲੱਗਦਾ ਵੀ ਗੱਡੀ ਨਿਕਲੂਗੀ ਮਰੂਤੀ 800 ਮੈਨੂੰ ਪੁੱਛਦੇ ਨੇ ਲੋਕ ਕਮੈਂਟਾਂ 'ਚ ਹਾਂਜੀ 101% ਨਿਕਲੂਗੀ ਜੇ ਨਾ ਕੱਢਣੀ ਹੁੰਦੀ ਅਸੀਂ 5-500 ਇਕੱਠਾ ਕਰ ਲੈਂਦੇ ਲਾਈਵ ਚਲਾ ਦਾਂਗੇ ਹੋਰ ਦੱਸੋ ਜਿੱਦ ਆਪਾਂ ਕੱਢਾਂਗੇ ਨਾ ਲਾਈਵ ਚਲਾ ਦਾਂਗੇ ਤੁਹਾਡੀ ਚਲਾਵਾਂਗੇ ਭਾਈਆਂ ਹੋਰ ਦੱਸੋ ਬਸ ਕਰਦੀ ਖਤਮ ਹੁਣ ਬਿਲਕੁਲ ਜੀ ਬਾਕੀ ਜਿਨ੍ਹਾਂ ਵੀਰਾਂ ਨੇ ਲੋਨ ਕਰਾਉਣਾ ਮੈਂ ਉਹਨਾਂ ਨੂੰ ਇਹ ਦੱਸ ਦੇਣਾ ਵੀ ਗੱਡੀ ਦੀ ਡਿਲੀਵਰੀ 10-12 ਦਿਨ ਲੇਟ ਹੋ ਜਾਂਦੀ ਹੈ ਲੋਨ ਵਾਸਤੇ ਲੋਨ ਨੂੰ ਟਾਈਮ ਲੱਗ ਜਾਂਦਾ ਵੀਰੇ ਤੁਹਾਡੇ ਡਾਕੂਮੈਂਟ ਆਣਗੇ ਅਪਰੂਵਲ ਮਿਲੂਗੀ ਠੀਕ ਹੈ ਉਹਦੇ ਲੋਨ ਹੋਊਗਾ 9-10% ਹਾਂ ਨਵੀਂ ਗੱਡੀ ਵਾਲਾ ਬੈਂਕ ਚੋਂ ਕਰਵਾਉਣੇ ਆ ਅਸੀਂ ਠੀਕ ਹੈ ਜੀ ਬੈਂਕ ਦੇ ਵਿੱਚ ਕੋਈ ਪ੍ਰਾਈਵੇਟ ਲੋਨ ਨਹੀਂ ਕਰਾਉਂਦੇ ਬਾਕੀ ਜੇ ਕਿਸੇ ਵੀਰ ਨੂੰ ਮੰਨ ਲਓ ਵੀ ਅਲਟੋ ਲਈ ਹੈ ਗੱਡੀ ਫਿੱਟ ਨਹੀਂ ਆਈ 5-4 ਦਿਨਾਂ 'ਚ ਅਸੀਂ ਅਲਟੋ ਨਾਲ ਅਲਟੋ ਚੇਂਜ ਕਰਕੇ ਦੇ ਦਿੰਦੇ ਠੀਕ ਹੈ ਜੀ ਉਹ ਮਤਲਬ ਚਲਾ ਚਲੂ ਕੇ ਦੇਖ ਲਓ ਆਪਾਂ ਤੇ ਵੀਡੀਓਜ਼ ਪਈਆਂ ਨੇ ਉਹ i20 ਚੇਂਜ ਕਰਕੇ ਗਿਆ ਸੀ ਬੰਦਾ ਆਪਣਾ ਸਾਈਕਲ ਲੈ ਕੇ ਆਇਆ ਹਾਂ ਆਈ ਮਹੀਨੇ ਬਾਅਦ ਭਾਈ ਦਿੱਤੀ ਵੀ ਆ ਪ੍ਰੋਪਰ ਮੈਂਸ਼ਨ ਵੀ ਕੀਤਾ ਹੈ ਬਾਕੀ ਦੱਬ ਕੇ ਕਰ ਦਿਓ ਸ਼ੇਅਰ ਜਿੰਨਾਂ ਨੇ ਮਰੂਤੀ ਕਰ ਖੇਡਦੀਆਂ ਥੈਂਕ ਯੂ ਜੀ